ਕਤਾ ਪ੍ਰੀਤਾ ਨਾਲ ਚਰਖਾ ਚੰਨਣ ਦਾ। ਹੁਣ ਮੇਰਾ ਸੁਪਨਾ ਪੂਰਾ ਹੋ ਗਿਆ, ਮੇਰੀ ਬੜੀ ਤਮੰਨਾ ਸੀ ਕੱਤਣ ਦੀ, ਵੀ ਚਰਖਾ ਆਵੇ ਤਾਂ ਮੈਂ ਕੱਤਾਂ। ਕਿਹਦਾ ਖਾਣਾ ਲਾਇਆ ਏ ਤੁਹਾਡੇ ਆ ਤੇ? ਰਣਜੀਤ ਤੇ ਮੁਹੰਮਦ ਸਦੀਕ। ਆਏ ਆਏ ਚਰਖਾ ਦੇ ਸੋਹਣਾ ਘੁੰਗਰੂ ਵੀ ਲਾਏ ਹਨ ਇੱਥੇ। ਹਾਂ ਚਾਂਦੀ ਦੇ ਆ ਘੁੰਗਰੂ, ਇਹ ਵਾਹ ਜੀ, ਇਹਨਾਂ ਚਮਕਣ ਲੱਗ ਜਾਣੇ ਆ। ਟੁੱਟੀ ਆ ਉਤਰ ਇਹ ਕੀ ਆ ਬੇਬੇ? ਟੇਰ ਨਾ ਇਹਨਾਂ ਗਲੋਟੇ ਟੇਰੀ ਦੇ ਵਧੀਆ ਆ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ, ਸੋ ਮਿੱਤਰੋ ਸਵਾਗਤ ਹੈ ਤੁਹਾਡੇ ਸਾਰਿਆਂ ਤੁਹਾਡੇ ਆਪਣੇ ਚੈਨਲ ਹਰਮਨ ਖੂਸਾ ਦੇ ਵਿੱਚ। ਸੋ ਅੱਜ ਵਾਲਾ ਵਲੌਗ ਬੜਾ ਹੀ ਸਪੈਸ਼ਲ ਆ, ਬੜਾ ਹੀ ਖਾਸ ਵਲੌਗ ਆ। ਖਾਸ ਵਲੌਗ ਇਸ ਕਰਕੇ ਕਿਉਂਕਿ ਬੇਬੇ ਕਹਿੰਦੀ ਕਿ ਮੇਰਾ ਬੜਾ ਦਿਲ ਕਰਦਾ ਕਿ ਮੈਂ ਚਰਖਾ ਕੱਤਣਾ ਆ। ਜਿਵੇਂ ਲੋਕੀ ਤੁਹਾਨੂੰ ਪਤਾ ਪਹਿਲਾਂ ਕੱਤਦੇ ਹੁੰਦੇ ਸੀ ਚਰਖਾ, ਸੋ ਬੇਬੇ ਕਹਿੰਦੇ ਮੇਰਾ ਦਿਲ ਕਰਦਾ ਮੈਂ ਚਰਖਾ ਕੱਤ ਕੇ ਵਿਖਾਉਣਾ ਹੈ। ਸੋ ਅੱਜ ਆਪਾਂ ਚੱਲੇ ਹਾਂ ਫਿਰੋਜ਼ਪੁਰ, ਫਿਰੋਜ਼ਪੁਰ ਨਾਨੀ ਜੀ ਕੋਲੇ ਬਹੁਤ ਸੋਹਣਾ ਚਰਖਾ ਪਿਆ ਆ, ਅਤੇ ਉਹ ਲੈ ਕੇ ਆਵਾਂਗੇ, ਫਿਰ ਉਹ ਚਰਖਾ ਕੱਤਣਾ ਆ। ਤੇ ਮੈਂ ਤੇ ਮੰਮੀ ਜੀ ਲੈਣ ਚੱਲੇ ਹਾਂ ਚਰਖਾ ਫਿਰੋਜ਼ਪੁਰ ਨਾਨੀ ਜੀ ਕੋਲੋਂ। ਇੱਧਰ ਚੈੱਕ ਕਰੋ, ਬਣੇ ਪਏ ਨਾ ਕੈਨੇਡਾ ਵਾਲੇ ਬੱਦਲ। ਮੈਨੂੰ ਤਾਂ ਬਾਲੇ ਸੋਹਣੇ ਲੱਗੀ ਜਾਂਦੇ ਯਾਰ ਜਿਹੜੀ ਮੱਕੀ ਲੱਗੀ ਘਰੇ। ਭਾਵੇਂ ਮਿੱਤਰੋ ਗਰਮੀ ਆ ਗਈਆਂ, ਕਿਹਨੇ ਕਿਹਨੇ ਘੜੇ ਭਰਨੇ ਸ਼ੁਰੂ ਕਰਤੇ, ਘੜੇ 'ਚ ਇੰਨਾ ਠੰਡਾ ਪਾਣੀ ਰਹਿੰਦਾ ਨਾ। ਇੱਕ ਤੁਹਾਨੂੰ ਇਹਦੇ ਚੀਜ਼ ਦਿਖਾਉਣਾ, ਉਹ ਦੇਖੋ ਜਿਹੜਾ ਆਪਾਂ ਤਾਂਬੇ ਦਾ ਗਲਾਸ ਲੈ ਕੇ ਆਉਂਦੇ, ਇਹਦੇ ਵਿੱਚ ਪਾ ਕੇ ਰੱਖਿਆ ਕਿਉਂਕਿ ਪਾਣੀ ਵਧੀਆ ਰਹਿੰਦਾ ਇਹਦੇ ਨਾਲ। ਪਾਣੀ ਲਿਆਇਆ ਤਾਂ ਮੈਂ, ਪਾਣੀ ਬਹੁਤ ਠੰਡਾ ਰਹਿੰਦਾ ਇਹਦੇ 'ਚ। ਬੇਬੇ ਦੀ ਫਰਮਾਇਸ਼ ਆ, ਬੇਬੇ ਨੇ ਕਿਹਾ ਕਿ ਚਰਖਾ ਲੈ ਕੇ ਆਓ। ਹਾਂ ਮੇਰਾ ਜੀ ਬੜਾ ਮਨ ਕਰਦਾ ਚਰਖਾ ਕੱਤਣ ਨੂੰ। ਬੇਬੇ ਪਹਿਲਾਂ ਕੱਤਦੇ ਹੁੰਦੇ? ਮੈਂ ਆਖਿਆ ਮੇਰੇ ਜਿੰਨਾ ਤਾਂ ਸਾਡਾ ਸਾਰੀਆਂ ਜਿੰਨਾ ਕਿਸੇ ਨੇ ਨਹੀਂ ਕੱਟਿਆ, ਬਹੁਤ ਕੱਤਦੀਆਂ ਰਹੀਆਂ ਸਾਰੀਆਂ ਜਾਣੀਆਂ ਅਸੀਂ। ਅੱਛਾ ਪੱਪੋ ਦੀ ਬੇਬੇ ਵੀ, ਕੁੱਕਰ ਦੀ ਬੇਬੇ ਵੀ, ਰਾਣੀ ਦੀ ਬੇਬੇ ਵੀ, ਸਾਰੀਆਂ ਚਰਖੇ ਇੱਕੇ ਪਹਿਲਾਂ ਨਾਮ ਇੱਕੇ ਕਹਿੋ ਜਿਹੇ ਹੁੰਦੇ, ਪੱਪੋ ਦੀ ਬੇਬੇ ਕੁੱਕਰ ਸਾਰੇ। ਮੈਂ ਚਰਖਾ ਚੰਨਣ ਦਾ ਕੱਤਾ ਪ੍ਰੀਤਾ ਨਾਲ ਚਰਖਾ ਚੰਨਣ ਦਾ। ਹਾਂ ਪਹਿਲਾਂ ਚਰਖਾ ਲੈ ਕੇ ਆਵਾਂਗੇ ਫੇਰ ਹੀ ਕੱਤਾਂਗੇ, ਫੇਰ ਹੀ ਕੱਤਾਂ। ਪੂਣੀਆਂ ਵੀ, ਤੱਕੜਾ ਵੀ, ਚਰਮਖਾਂ ਵੀ, ਮਾਲ ਤਾਂ ਇੱਥੋਂ ਪਾ ਲੂੰਗੀ ਮੈਂ ਘਰੇ। ਅੱਛਾ ਇਹ ਬਾਰੇ ਤੇ ਮੰਮੀ ਨੂੰ ਪਤਾ, ਮੈਨੂੰ ਤੇ ਕੋਈ ਨਹੀਂ। ਚਰਮਖਾਂ ਵੀ ਲਿਆਉਣਾ ਮੈਂ ਕਿਵੇਂ ਦੱਸ, ਕੱਤਾਂ ਪੂਣੀਆਂ। ਹਾਂ ਚੱਲ ਕਰਕੇ ਰਹਿ ਹੋਗਾ, ਸਾਰਾ ਕੋਲ ਲੈ ਕੇ ਆਵਾਂ। ਨਹੀਂ ਹੁਣ ਨਹੀਂ ਨਾ ਕੋਈ ਰੱਖਦਾ, ਅੱਗੇ ਹੋ ਅੱਗੇ ਰੱਖਦੇ ਸੀ ਲੋਕੀ, ਅੱਗੇ ਚਰਮਖਾਂ ਬਣਾ ਲਈ ਦੀਆਂ ਵੀ ਮੁੰਜ ਦੀਆਂ। ਅੱਛਾ ਤਾਂ ਗੱਲ ਵੇਟ ਕੇ ਮੁੰਜ ਦੀਆਂ ਬਣਾ ਕੇ ਦੂਰੀਆਂ ਕਰਕੇ ਬਣਾ ਲਈ ਦੀਆਂ ਸੀ, ਨਹੀਂ ਤਾਂ ਮੋਚੀ ਬਣਾ ਦਿੰਦੇ ਸੀ ਛਿੱਤਰਾਂ ਦੀਆਂ ਵੱਢ ਕੇ। ਹੁਣ ਤਾਂ ਛਿੱਤਰ ਵੀ ਨਹੀਂ ਗਏ, ਹੁਣ ਤਾਂ ਬੂਟ ਪਾਉਂਦੇ ਲੋਕੀ। ਚੱਲ ਅੱਜ ਸਾਰਾ ਕੁਝ ਲੈ ਆਉਣਾ, ਤੇਰੀ ਰੀਜ ਪੂਰੀ ਕਰ ਦੇਣੀ, ਰੀਜ ਪੂਰੀ ਕਰ। ਬੇਬੇ ਨੂੰ ਅੱਜ ਖੁਸ਼ ਕਰ ਦੇਣਾ, ਚਰਖਾ ਲਿਆ ਕੇ, ਸੋਹਣਾ ਚਰਖਾ ਲਿਆ ਕੇ ਦੇਣਾ। ਹੱਤੂ ਆਂਦਾ ਤੈਨੂੰ ਕੱਤਣਾ ਨਹੀਂ ਆਉਂਦਾ, ਮੈਂ ਕਿਹਾ ਹੁਣ ਮੈਂ ਕੱਤ ਕੇ ਵਿਖਾਉਂਗੀ। ਮੇਰੇ ਜਿੰਨਾ ਕਿਸੇ ਨੇ, ਸਾਰੀਆਂ ਬੁੜੀਆਂ ਜਿੰਨਾ ਕਿਸੇ ਨੇ ਨਹੀਂ ਕੱਤਿਆ, ਛਿੱਕੂ ਭਰ ਲੈਂਦੇ ਅਸੀਂ ਕੱਤ ਕੱਤ ਕੇ। ਚੱਲ ਇਹ ਬੜਾ ਸੋਹਣੀ ਚੀਜ਼ ਬਣੂਗੀ, ਕਿ ਆਪਣਾ ਵਿਰਸਾ ਇਹ ਵੀ ਹੈ ਕਿ ਬੇਬੇ ਪਹਿਲਾਂ ਕੱਤ, ਇਹ ਸੱਭਿਆਚਾਰ ਵਾਲਾ ਕੰਮ ਹੀ ਆ ਚਰਖੇ ਦਾ। ਹਾਂ ਸਾਰਿਆਂ ਨੂੰ ਕੱਤ ਕੇ ਵਿਖਾਉਣਾ। ਜਰਮਨ ਦੇ ਜਾਗੋ ਤੇ ਹਾਂ ਚਰਖਾ ਵੀ ਲਿਆਂਦਾ, ਚੱਕੀ ਵੀ ਲਿਆਂਦੀ, ਸਾਰਾ ਕੁਝ ਲਿਆਂਦਾ। ਤੇ ਮਿੱਤਰੋ ਤੁਹਾਨੂੰ ਏ ਟੂ ਜ਼ੈਡ ਸਾਰਾ ਕੁਝ ਦਿਖਾਵਾਂਗੇ। ਆਪਾਂ ਲਿਆਵਾਂਗੇ, ਚੱਕੀ ਵੀ ਲਿਆਵਾਂਗੇ ਤੇ ਚਰਖਾ ਵੀ ਲਿਆਵਾਂਗੇ ਤੇਰੇ ਵਿਆਹ ਨੂੰ। ਸੱਭਿਆਚਾਰ ਵਾਲਾ ਵਿਆਹ ਲਈ, ਮੈਂ ਤੇ ਵਿਆਹ ਦੀ ਗੱਲ ਸੁਣ ਕੇ ਖੁਸ਼ ਹੋ ਜਾਣਾ ਬਾਗੂ ਬਾ। ਚਰਖਾ ਵੀ ਲਿਆਵਾਂਗੇ, ਉਹ ਵੀ ਕੱਤਾਂਗੇ ਤੇ ਚੱਕੀ ਵੀ ਲਿਆਵੇ ਗਲਾ ਪਾਵਾਂਗੇ। ਹਾਂ ਬੜਾ ਸੋਹਣਾ ਵਲੌਗ ਬਣਨਾ ਜੇ, ਵੱਖਰੀ ਜੀ ਚੀਜ਼ ਹਨਾ, ਇਹ ਵੱਖਰੀ ਲਾਸਟ ਤੱਕ ਦੇਖਿਓ ਜ਼ਰੂਰ। ਸੱਭਿਆਚਾਰ ਵਾਲੀ ਤੇ ਚਰਖੇ ਦੇ ਨਾਲ ਬੇਬੇ ਬੋਲੀਆਂ ਵੀ ਚੱਲਣੀਆਂ। ਹਾਂ ਇਹੋ ਹੀ ਚਰਖਾ ਚੰਨਣ ਦਾ, ਕੱਤਾ ਪ੍ਰੀਤਾਂ ਵਾਲਾ। ਕੀ ਧਿਆਨ ਨਾਲ ਚਲਾਈ, ਫੋਨ ਨਾ ਚਲਾਈ। ਓਕੇ ਬੇਬੇ ਬਾਏ, ਲਵ ਯੂ, ਲਵ ਯੂ ਟੂ। ਸੋਹਣਾ ਆ ਕੇ ਕੱਤਣ ਵਾਲੀ ਸਿਰਾ ਕਰਾ ਦੇਣਾ ਆਪਾਂ। ਹਾਂ ਛੁੱਕੂ ਭਰ ਲੈਣਾ ਮੈਂ ਗਲੋਟਿਆਂ ਦਾ। ਚੱਲੀ ਚੱਲ ਭਰਾਵਾ, 12 ਵਜੇ ਫੇਰ ਮੈਨੂੰ ਕਹੇਗਾ ਮੰਮੀ ਉਵੇਂ ਹੀ ਆ।
ਤੁਸੀਂ ਹਰ ਵਲੌਗ ਚ ਇਦਾਂ ਕਹਿ ਦਿੰਦੇ ਹੋ। ਹਰ ਵਲੌਗ ਚ ਨਹੀਂ, ਮੈਨੂੰ ਪਤਾ ਨਾ ਮੇਰਾ ਫਿਰ ਮੱਝਾਂ ਦਾ ਟਾਈਮ ਹੋ ਜਾਂਦਾ। ਓਕੇ ਚਲੋ, ਇੱਧਰ ਮੱਝਾਂ ਨਹੀਂ ਲੋਟ ਆਉਣੀ, ਕਿਸੇ ਵਿਆਹ ਵੀ ਉੱਤੇ ਚਲੇ ਜਾਓ। 4:30 ਉਹ ਮਿਲਦੀ ਹੈ, ਜੇ ਉਹ ਉੱਕ ਗਈ ਫਿਰ ਉਹਨੇ ਮਿਲਣੀ। ਕਿਵੇਂ ਐਂ ਕਰਕੇ ਮਿਲਦੀ ਹੈ? ਕਿਤੇ ਵਿਆਹ ਤੇ ਚਲੇ ਜਾਓ ਉੱਤੇ ਵੀ ਮੱਝਾਂ ਦਾ। ਇਹ ਜਿਹੜੇ ਪਿੰਡਾਂ ਵਾਲੇ ਜਿਨ੍ਹਾਂ ਨੇ ਰੱਖੀਆਂ ਉਹ ਸਮਝਦੇ ਹੋਣਗੇ ਇਸ ਗੱਲ ਨੂੰ ਕਿ ਮੱਝਾਂ ਕਰਕੇ ਆਉਣਾ ਹੀ ਪੈਂਦਾ। ਬੇਬੇ ਮੰਮੀ ਨੂੰ ਸਾਰਾ ਸਮਝਾ ਦੇਣਾ ਸੀ ਜੋ ਜੋ ਗੱਡੀ ਵੀ ਯਾਰ ਧੋਣ ਵਾਲੀ ਹੋਈ ਪਈ ਸਾਰੀ ਲਿਪੜੀ ਵੀ। ਇਧਰ ਮੌਸਮ ਦੇਖੋ ਯਾਰ ਕਿੱਡਾ ਸੋਹਣਾ, ਵੈਦਰ ਕਿੱਡਾ ਸੋਹਣਾ, ਵੈਦਰ ਤਾਂ ਸੋਹਣਾ ਤੇ ਮਾੜਾ ਮੋਟਾ ਮਾਰ ਲਿਆ ਘਰ ਹੱਥ ਗੱਡੀ ਤੇ ਮੰਮਾ। ਹੈਲੋ, ਬਾਰੀ ਤਾਂ ਨੀ ਖੁੱਲੀ ਰਹਿ ਗਈ, ਪਤਾ ਲੱਗ ਗਿਆ ਬਸ ਸੂਟਾਂ ਦਾ ਤੁਹਾਨੂੰ ਇੱਕ ਹੀ ਤਰੀਕਾ ਸੂਟ। ਮੰਮੀ ਤੁਹਾਨੂੰ ਵੀ ਚਰਖਾ ਕੱਤਣ ਆਉਂਦਾ ਕਿ ਨਹੀਂ? ਮੈਂ ਨਾ ਜਦੋਂ ਮੇਰੀ ਦਾਦੀ ਕੱਤਦੇ ਹੁੰਦੇ ਸੀ ਚਰਖਾ, ਮੈਂ ਬਹਿਣਾ ਚੋਰੀ ਚੋਰੀ, ਦਾਦੀ ਨੇ ਲੜਨਾ ਕਹਿਣਾ ਮੇਰਾ ਤੂੰ ਤਕਲਾ ਵਿੰਗਿਆ ਕਰ ਦੇਂਗੀ, ਉਹ ਲੱਗਣ ਹੀ ਨਹੀਂ ਸੀ ਦਿੰਦੇ। ਪਰ ਤੁਹਾਨੂੰ ਮੰਮੀ ਨੂੰ ਕਰੋਸ਼ੀਆ ਕਰੋਸ਼ੀਆ ਹੋਰ ਸਾਰਾ ਕੁਝ ਹੀ ਆਉਂਦਾ, ਕਢਾਈ ਕਢਾਈ ਕਢੂਈ ਸਾਰੀਆਂ ਆਉਂਦੀਆਂ। ਲਓ ਵੀ ਮੰਡੀਆਂ ਲੱਗੀਆਂ ਪਈਆਂ ਆਲਮੋਸਟ, ਤੂੜੀਆਂ ਵੀ ਅੱਧੇ ਲੋਕਾਂ ਨੇ ਤਾਂ ਬਣਾ ਲਈਆਂ, ਕਣਕ ਤੇ ਆਲਮੋਸਟ ਸਾਰਿਆਂ ਨੇ ਵੱਢ ਹੀ ਲਈ ਆ। ਪਰ ਆਪਣੀ ਖੜੀ ਆ ਵੀ ਇੱਧਰ ਵੀ ਖੜੀ ਆ, ਅੱਧੇ ਕੁ ਰਹਿ ਗਈ ਆ, ਅੱਧੇ ਕੁ ਜਾਣੇ ਨੇ ਵੱਢ। ਦਰਖਤ ਜੇ ਕਿੱਡੇ ਸੋਹਣੇ ਲੱਗਦੇ ਹਨਾ, ਵੈਸੇ ਪਿੰਡਾਂ 'ਚ ਕਿੰਨਾ ਸਕੂਨ ਜਿਹਾ ਹੁੰਦਾ, ਸ਼ਾਂਤੀ ਜਿਹੀ ਹੁੰਦੀ ਹਨਾ। ਸ਼ਹਿਰਾਂ 'ਚ ਤੇ ਹੋਰ ਹੀ ਹੋਣਾ, ਅੱਗੇ ਫਿਰੋਜ਼ ਪਰ ਜਾਣੇ ਉੱਥੇ ਐਂ ਪੀ ਪੂੰ ਪੀ ਏਦਾਂ ਹੀ ਹੁੰਦਾ ਯਾਰ, ਕਿੱਡੀ ਸ਼ਾਂਤੀ ਯਾਰ। ਇੱਥੇ ਚਰਖਾ ਦੇ ਮੰਮੀ ਨਾਨੀ ਜੀ ਵੀ ਕੱਤਦੇ ਹੋਣਗੇ, ਪਤਾ ਨਹੀਂ ਲੈ ਆਂਦਾ ਉਹਨੇ ਆਪਦੇ ਪੇਕੇ ਤੋਂ ਕੱਤਣਾ ਹੁੰਦਾ ਕਿ ਨਹੀਂ ਕੱਤਣਾ। ਉਹ ਨਾਨੀ ਤੇ ਜਾ ਕੇ ਪੁੱਛਦੇ ਆਪਾਂ ਕਿ ਚਰਖੇ ਦਾ ਕੀ ਸੀਨ ਹੈ। ਨਾਨੂ ਜੀ ਕੇ ਰਹਿੰਦੇ ਜਿਵੇਂ ਸ਼ਹਿਰ 'ਚ, ਪਰ ਘਰ ਇਹਨਾਂ ਦਾ ਸ਼ਾਂਤ ਜਿਹੇ ਏਰੀਏ 'ਚ ਹਨਾ, ਸ਼ਾਂਤੀ ਜੀ ਆ ਇੱਦਾਂ। ਡੈਡੀਆਂ ਦੇ ਦੋ ਨਵੇਂ ਜੀ ਆਏ ਆ, ਘੁੱਗੀ ਨੇ ਘੁੱਗੀ ਦਾ ਲੈਣਾ ਨਾਨੂ ਜੀ। ਓਏ ਟਿੱਡੂ ਜੀ ਕਿੱਥੇ ਆਲ ਨਾ ਪਾਇਆ, ਓ ਵਾਹ ਇਹ ਸਪੈਸ਼ਲ ਬਣਾਇਆ ਸੀ। ਨਾਨੂ ਜੀ ਕਹਿੰਦੇ ਮੈਂ ਸੋਚਾਂ ਕਿ ਨਾਨੀ ਅੱਜ ਚੌਲ ਕਾਹ ਤੋਂ ਬਣਾਈ ਜਾਂਦੇ ਬੈਠੇ, ਮੈਨੂੰ ਨਹੀਂ ਦੱਸਿਆ ਵੀ ਸੋਨਾ ਤਿਆਰ ਮੰਨਿਆ ਆਉਣਾ। ਚਲੋ ਵੀ ਕਾਈਏ, ਨਾਨੀ ਆ ਕੇ ਚੌਲ ਬਾਹਲੇ ਸਵਾਦ ਬਣਾਉਂਦੇ। ਕਿਹਦਾ ਖਾਣਾ ਲਾਇਆ ਸੀ ਤੁਹਾਡੇ ਦਾ? ਤੇ ਰਣਜੀਤ ਤੇ ਮੁਹੰਮਦ ਸਦੀਕ ਆਏ ਆਏ, ਦੋ ਕਾੜੇ ਲੱਗੇ ਸੀ, ਇੱਕ ਨਰੰਗ ਸਿੰਘ ਵਾਲੇ, ਇੱਕ ਸਾਡੇ ਪਿੰਡ ਝੰਮਾ। ਅੱਛਾ, ਦੋ ਖਾਣੇ ਉਦੋਂ ਕਿੰਨੇ ਕਿੰਨੇ ਜੇ ਸੱਦੇ ਇਹਨਾਂ ਨੇ? ਟੋਟਲ 3000 ਰੁਪਇਆ ਦਿੱਤਾ ਦੋਵਾਂ ਖਾਣਿਆਂ ਦਾ। ਅੱਛਾ ਅੱਛਾ, ਉਹਨਾਂ ਨੂੰ ਸੱਦਿਆ ਸੀ ਦੋਵੇਂ ਖਾਣਿਆਂ ਦੇ, ਜਿਹੜੇ ਉੱਤੇ ਹੁੰਦੇ ਸੀ ਉਹ ਸਾਡੇ ਆਪ ਦੇ। ਅੱਛਾ, ਟੋਟਲ 3000 ਦੇਣਾ। ਅੱਛਾ, ਉਹਨਾਂ ਨਾਲ ਕੰਦੇ ਵੀ ਕਿੰਨਾ ਸੋਹਣਾ ਹੁੰਦੇ ਸੀ। ਆ ਜਾਓ ਵੀ ਮੰਮੀ, ਚਰਖਾ ਕੱਢੀਏ ਸਟੋਰ ਚੋਂ ਬਾਹਰ। ਉਹ ਕਹਿੰਦੇ ਚਰਖੇ ਦੀ ਹਾਲਤ ਬੜੀ ਮਾੜੀ ਆ, ਚਲੋ ਆਪਾਂ ਵੇਖਦੇ ਹਾਂ ਕਿਹੋ ਜਿਹਾ ਹੈਗਾ ਕਿਹੋ ਜਿਹਾ ਨਹੀਂ। ਘਰੇ ਬਣਾਇਆ ਵਾ? ਹੋਰ, ਚਰਖਾ ਵੀ ਮਿਸਤਰੀ ਨੇ ਬਣਾਇਆ। ਅੱਛਾ, ਘਰੇ ਤਿਆਰ ਕਰਾਇਆ? ਚਾਂਦੀ ਦੇ ਆ,
ਯਾਰ ਚਰਖਾ ਤੁਹਾਡਾ ਵਾਕਿਆ ਬੜਾ ਸੋਹਣਾ ਨਾਨੀ ਨਾਨੀ ਚਰਖਾ ਕੱਤ ਲੈਣੇ ਤੁਸੀਂ ਕਿਵੇਂ ਕੱਤਦੇ ਕਿਵੇਂ ਇੱਥੇ ਰੱਖ ਨਾਨੀ ਆਵਾ ਜੀ ਚਰਖਾ ਕੱਤੀ ਜਾਂਦੇ ਮੱਲੇ ਚ ਨਾ ਨਾਨੀ ਕੀ ਲਿਆਉਣ ਵਾਲਾ ਚਰਖੇ ਦਾ ਇੱਕ ਤਾਂ ਚਰਮਖਾ ਲਿਆਉਣ ਵਾਲੀਆਂ ਇੱਕ ਤੱਕੜਾ ਇਹਦਾ ਲਿਆਉਣ ਵਾਲਾ ਮਾਲ ਲਿਆਉਣ ਵਾਲੀ ਆ ਇੱਕ ਕੀ ਕਹਿੰਦੀ ਆ ਕਖਨ ਕਸਲ ਇਹਨਾਂ ਚ ਮੈਨੂੰ ਕਿਸੇ ਵੀ ਚੀਜ਼ ਬਾਰੇ ਨੀ ਪਤਾ ਬੜੇ ਮੇਰੇ ਅਰਗੇ ਹੋਣਗੇ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਨਹੀਂ ਪਤਾ ਪਰ ਆਪਾਂ ਤੁਹਾਨੂੰ ਸਾਰਿਆਂ ਨੂੰ ਅੱਗੇ ਦੱਸਾਂਗੇ ਕਿਹਨੂੰ ਕਥਨ ਕਹਿੰਦੇ ਕਿਹਨੂੰ ਤੱਕਣਾ ਕਹਿੰਦੇ ਕਿਹਨੂੰ ਪੂਣੀਆਂ ਕਹਿੰਦੇ ਉਹ ਸਾਰਾ ਕੁਝ ਦੱਸਾਂਗੇ ਲੋਕੇ ਮਾਲ ਚੜਦੀ ਆ ਕਸਮ ਕਹਿੰਦੇ ਆ ਕੋਈ ਨਾ ਅੱਗੇ ਆਪਾਂ ਸਾਰਾ ਹੀ ਦਿਖਾਵਾਂਗੇ ਤੁਹਾਨੂੰ ਕਦੋਂ ਪਾਉਣਾ ਆ ਮੈਰਿਜ ਐਨਵਰਸਰੀ 50ਵੀਂ ਬਾਬਾ ਜੀ ਦੀ ਛੋਕਣਾ ਇੱਥੇ ਰੱਖ ਗੋਲਡਨ ਜੁਬਲੀ ਵਾਹ ਜੀ ਵਾਹ ਮੈਰਿਜ ਐਨਵਰਸਰੀ ਬਾਕੀ ਜੋ ਹੋ ਜੇ ਬਸ ਸੂਟ ਨਿਆ ਰਹਿ ਜੇ ਤੁਹਾਡੇ ਸੂਟ ਨਾ ਰਹਿ ਜੇ ਕਦੇ ਭੈਣ ਜੀ ਸ਼ਲੀਨ ਦਾ ਸੂਟ ਕੱਢ ਲੈਂਦੇ ਕਦੇ ਕਾਟਨ ਦਾ ਕੱਢ ਲੈਂਦੇ ਆ ਨਾਨੀ ਨੂੰ ਵੀ ਬੜਾ ਸ਼ੌਂਕ ਆ ਕਿਉਂ ਹੁਣ ਚਿਹਰੇ ਤੇ ਖੁਸ਼ੀ ਦੇਖ ਰਹੇ ਆ ਸੂਟ ਵੇਖ ਕੇ ਉਂਝ ਹੀ ਮਨ ਖੁਸ਼ ਹੋ ਜਾਂਦਾ ਇਹਨਾਂ ਦਾ ਤੰਦੂਰ ਵਾਲੀ ਚਿਪ ਕੱਢੇ ਪਏ ਨਵਾਂ ਨਾਨੀ ਜੀ ਪਾਰਟੀ ਬਣੀ ਅੱਜ ਪਾਰਟੀ ਲੈਣੀ ਤੁਹਾਡੇ ਤੋਂ ਤੰਦੂਰ ਦੀ ਕਿੰਨੇ ਦਾ ਆ ਚਲੋ ਮਾਮਾ ਬਾਜ਼ਾਰੋਂ ਕੀ ਲੈ ਕੇ ਆਉਣਾ ਹੁਣ ਉੱਥੇ ਜਾ ਕੇ ਵੇਖਾਂਗੇ ਆਏ ਥੋੜੀ ਤੈਨੂੰ ਦੱਸਣਾ ਵੀ ਹੁਣੇ ਬਾਜ਼ਾਰ ਉੱਥੇ ਵੇਖਾਂਗੇ ਜਿਹੜੇ ਸੁਣ ਰਹੇ ਹੋਣ ਉੱਥੇ ਜਾ ਕੇ ਕਰਨ ਥੈਂਕ ਯੂ ਦੁਕਾਨ ਤੋਂ ਸੂਟ ਲਈ ਆ ਪੋਤ ਤੋਂ ਲੈਸ਼ ਵੀ ਲੈਣੀ ਆ ਮੈਂ ਚਲੋ ਜੀ ਲੈਣ ਤੇ ਉੱਥੇ ਚਰਖੇ ਦਾ ਸਮਾਨ ਚੱਲਦੇ ਤੇ ਇਹਨਾਂ ਨੇ ਅੱਧ ਹੋਰ ਹੀ ਕੁਝ ਸ਼ੁਰੂ ਕਰ ਲੈਣਾ ਉੱਥੇ ਚਲੋ ਜੀ ਪਹਿਲਾ ਕੰਮ ਹੋ ਗਿਆ ਲੈਂਤੀਆਂ ਲੈਸ਼ਾਂ ਲਵਾਤਾ ਅੱਧਾ ਘੰਟਾ ਇੱਥੇ ਨਵੀਂ ਉੱਥੇ ਵੀਰੇ ਹੋਣਾ ਤੋਂ ਪੁੱਛਿਓ ਕਹਿੰਦੇ ਸ਼ਾਇਦ ਆ ਸਾਹਮਣੇ ਦੁਕਾਨ ਆ ਲੱਕੜ ਵਾਲੀ ਉਹਨਾਂ ਤੋਂ ਸਮਾਨ ਮਿਲ ਜੇ ਚਰਖੇ ਦਾ ਚਲੋ ਪੁੱਛ ਕੇ ਲਓ ਵੀ ਉੱਥੋਂ ਪਤਾ ਕੀਤਾ ਉੱਥੋਂ ਮਿਲਿਆ ਨੀ ਹੁਣ ਅੱਗੇ ਵਾਹਣ ਬਾਜ਼ਾਰ ਆ ਉੱਥੇ ਕਹਿੰਦੇ ਸੋਹਨ ਲਾਲ ਦੀ ਦੁਕਾਨ ਉਹ ਤੋਂ ਸ਼ਾਇਦ ਮਿਲ ਜੇ ਮੰਮੀ ਸੋਹਨ ਲਾਲ ਜੀ ਤੋਂ ਪਤਾ ਨੀ ਮਿਲਣਗੇ ਕਿ ਨਹੀਂ ਸੋਹਨ ਲਾਲ ਨੂੰ ਰੱਬ ਤਾਂ ਲੱਗਿਆ ਹੁਣ ਇਹਨਾਂ ਦੀ ਦੁਕਾਨ ਤੋਂ ਵੀ ਨਹੀਂ ਮਿਲੇ ਕਿਤੇ ਦਿੱਲੀ ਗੇਟ ਦੇ ਅੰਦਰ ਹੈਗੀ ਮਦਨ ਸਿੰਘ ਦੀ ਦੁਕਾਨ ਉਹ ਵੀ ਕਦੇ ਲੈਸ਼ਾਂ ਲੈਣ ਲੱਗ ਪੈਂਦੇ ਕਦੇ ਦੁਪੱਟੇ ਕਦੇ ਲਾਈਨਿੰਗ ਬਣਾ ਕੇ ਲੈਣ ਲੱਗੇ ਘਰੇ ਲੈਣ ਦੁਪੱਟੇ ਨਹੀਂ ਲੈਣੇ ਕਰਨੀ ਆ ਜੀ ਆਹ ਸੋਹਣਾ ਹੈ ਬੇਬੇ ਵਾਸਤੇ ਪਸੰਦ ਕਰ ਰਹੇ ਇੱਕ ਮੰਮੀ ਵਾਸਤੇ ਲੈ ਲਿਆ ਇੱਕ ਨਾਨੀ ਵਾਸਤੇ ਲੈ ਲਿਆ ਇੱਕ ਹੁਣ ਬੇਬੇ ਵਾਸਤੇ ਲੈ ਲਿਆ ਲਓ ਵੀ ਗਰਮੀ ਦਾ ਸਟਾਕ ਆ ਲਾਹੌਰੀ ਜੀਰਾ ਦੇ ਨਾਲ ਰਸ ਜੀ ਚੱਕ ਲੈਣੇ ਆਏ ਗਿਆ ਨੂੰ ਹੁਣ ਆਪਾਂ ਇਹੀ ਚੱਲਿਆ ਕਰੂ ਲਾਹੌਰੀ ਜੀਰਾ ਟੋਟਲ ਕਹਿੰਦੇ 40 ਲਓ ਵੀ ਮੰਮੀ ਇਹਨੂੰ ਸੂਟ ਗਿਫਟ ਕਰਨਾ ਸੀ ਪਰ ਟਾਈਮ ਘੱਟ ਸੀ ਫਿਰ ਮੰਮੀ ਨੂੰ ਨਾਨੀ ਨੂੰ ਤੇ ਬੇਬੇ ਵਾਸਤੇ ਚੁੰਨੀ ਗਿਫਟ ਠੀਕ ਆ ਅੰਕਲ ਕਹਿੰਦੇ 20 ਸਾਲਾਂ ਬਾਅਦ ਮੈਨੂੰ ਕੋਈ ਪੁੱਛਣ ਆਇਆ ਕਿ ਚਰਖੇ ਦਾ ਸਮਾਨ ਲੈਣਾ ਮੈਂ ਮੰਮੀ ਨੂੰ ਕਿਹਾ ਕਿ ਰਹਿਣ ਦੋ ਆਪਾਂ ਚਲੇ ਜਾਵਾਂ ਕਹਿੰਦੇ ਨਹੀਂ ਮੈਂ ਧਾਰ ਚੋਣੀ ਜਾ ਕੇ 4:30 ਵਜੇ ਉਹਦੇ ਮਗਰੋਂ ਮਿਲਣਾ ਨੀ ਮੱਝਨੇ ਤੇ ਤੂੰ ਛੇਤੀ ਵੜਨਾ ਨੀ ਮੈਨੂੰ ਪਤਾ ਕਰੇ ਚੰਗਾ ਚੱਲ ਫਿਰ ਮੈਂ ਫਿਰ ਕੱਲ ਨੂੰ ਆਉਂਗਾ ਚੱਲ ਕੱਲ ਨੂੰ ਆ ਜੀ ਜਦੋਂ ਮਰਜ਼ੀ ਆ ਜੀ ਚੱਲ ਠੀਕ ਆ ਚੰਗਾ ਮੰਮੀ ਚੱਲੇ ਚੰਗਾ ਬਾਏ ਧਿਆਨ ਨਾਲ ਜਾਇਓ ਲਵੀ ਤੇਰਾ ਨਾਂ ਕੀ ਆ ਮੇਰਾ ਨਾਮ ਸੁਲਤਾਨ ਤੇਰਾ ਮੇਰਾ ਨਾਮ ਪਲਕ ਤੇਰਾ ਰਾਧਾ ਪਲਕ ਐਕਸ਼ਨ ਬਹੁਤ ਮਾਰਦੀ ਆ ਚੱਲੀਏ ਫਿਰ ਚੱਲ ਆ ਗਈਆਂ ਪਸੰਦ ਖੁਸ਼
ਪਲਕ ਹੋਣੇ ਪੂਰੇ ਖੁਸ਼। ਚਲੋ ਠੀਕ ਆ, ਬਾਏ ਬਾਏ ਓਕੇ। ਯਾਰ ਅੱਜ ਤੇ ਪੁੱਛਣ, ਅੱਜ ਤੇ ਚਰਖੇ ਵਾਲਾ ਕੰਮ ਹੀ ਔਖਾ ਹੋਇਆ ਪਿਆ। ਚਰਖਾ ਹੈਗਾ ਪਰ ਉਹਦਾ ਸਮਾਨ ਨੀ ਮਿਲ ਰਿਹਾ ਕਿਤੋਂ ਵੀ, ਕਿਉਂਕਿ ਅੱਜ ਕੱਲ ਕੋਈ ਕੱਤਦਾ ਹੀ ਨੀ ਹਨਾ। ਲਓ ਮਿੱਤਰ, ਰਾਤੀ ਆ ਗਏ ਨਾਨਕੇ ਤੇ ਹੁਣ ਨਾਨੀ ਦੇ ਹੱਥ ਦੀਆਂ ਰੋਟੀਆਂ ਖਾ ਕੇ ਤੇ ਫਿਰ ਆਪਾਂ ਚਲੇ ਜਾਣਾ ਪਿੰਡ ਵਾਪਸ। ਅਰੇ ਪ੍ਰਥਮ, ਕੈਸਾ ਹੈ, ਦਾਂਤ ਆ ਗਏ? ਨਹੀਂ ਅਭੀ ਨੀ ਆਏ, ਥੋੜੇ ਬਹੁਤ ਆ ਗਏ। ਕਿੱਧਰ ਗਏ ਦਾਂਤ, ਕਿੱਥੇ ਗਏ? ਥੋੜੇ ਬਹੁਤ ਆ ਗਏ। ਨਹੀਂ ਨਹੀਂ, ਕਿੱਧਰ ਗਏ, ਗਏ ਕਿੱਧਰ? ਓ ਚੂਹਾ ਲੈ ਗਏ ਸੀ। ਘੁੰਗਰੂ ਏਡੇ ਸੋਹਣੇ ਲੱਗਦੇ ਨਾ ਛਣਕਦੇ, ਚਰਖਾ ਏਡਾ ਸੋਹਣੇ ਦੀ ਮਾੜੀ ਜੀ ਝਲਕ ਦਿਖਾਉਣੇ ਤੁਹਾਨੂੰ ਇੱਧਰ, ਬਾਕੀ ਘਰੇ ਜਾ ਕੇ ਦਿਖਾਵਾ। ਬਾਏ, ਸਤਿ ਸ੍ਰੀ ਅਕਾਲ। ਵਾਹ ਜੀ ਵਾਹ, ਸਬਜ਼ੀਆਂ ਦਾਲਾਂ, ਓ ਵਾਓ। ਰੈਂਬੋ ਵੇ ਕਿਵੇਂ ਬੇਬੇ ਟਬੂਸੀਆਂ ਲਾਈ ਜਾਂਦਾ। ਮੈਨੂੰ ਇੱਕ ਗੱਲ ਦੱਸ, ਜਿਹੜੀ ਚੀਜ਼ ਲੈਣ ਗਿਆ ਸੀ ਉਹ ਮਿਲ ਗਈ ਹੈ ਕਿ ਨਹੀਂ? ਉਹ ਬੇਬੇ ਸਰਪ੍ਰਾਈਜ਼ ਹੀ ਆ ਤੇਰੇ ਵਾਸਤੇ, ਚਾਹੀਦਾ ਵੀ ਜ਼ਰੂਰੀ। ਲਓ ਮਿੱਤਰੋ, ਫਿਰ ਚਰਖੇ ਕਰੋ ਚੈੱਕ ਇੱਧਰ ਕਿੱਡਾ ਸੋਹਣਾ, ਕਿਉਂ ਬੇਬੇ? ਬਹੁਤ ਸੋਹਣੇ, ਮੇਰਾ ਸੁਪਨਾ ਪੂਰਾ ਹੋ ਗਿਆ। ਮੇਰੀ ਬੜੀ ਤਮੰਨਾ ਸੀ ਕੱਤਣ ਦੀ, ਵੀ ਚਰਖਾ ਆਵੇ ਤਾਂ ਮੈਂ ਕੱਤਾਂ। ਕੱਤਾਂ ਪ੍ਰੀਤਾ ਨਾਲ ਚਰਖਾ ਚੰਨਣ ਦਾ, ਕੱਤਾਂ ਪ੍ਰੀਤਾ ਨਾਲ ਚਰਖਾ ਚੰਨਣ ਦਾ। ਬੇਬੇ ਤੈਨੂੰ ਇੰਨਾ ਚੋ ਸੋਹਣਾ ਕਿਹੜਾ ਲੱਗਾ ਪਹਿਲਾਂ ਤੇ ਇਹ ਦੱਸ। ਇਹ ਬੇਬੇ ਸ਼ੋ ਜੀ ਆ, ਪਰ ਅਸਲੀ ਚਰਖਾ ਆ ਜਾਂ ਵੱਡਾ? ਹੈਂ, ਪੂਣੀਆਂ ਵੀ ਲਿਆਇਆ ਬੇਬੇ, ਸਾਰਾ ਕੁਝ ਹੀ ਆ, ਪੂਣੀਆਂ ਏ ਟੂ ਜ਼ੈਡ, ਤਕਲਾ ਤੁਕਲਾ ਏ ਟੂ ਜ਼ੈਡ ਸਾਰਾ ਕੁਝ ਹੈਗਾ, ਤੂੰ ਟੈਨਸ਼ਨ ਕਿਉਂ ਲੈਣੀ ਆ? ਬੇਬੇ ਹੁਣ ਇਹਦਾ ਕੀ ਕਰਨਾ? ਇਹਦੇ ਕਸਣ ਪਾਉਣੀ ਆ, ਫਿਰ ਇਹਦੇ ਮਾਲ ਪਾਉਣੀ ਆ, ਫਿਰ ਇਹਦੇ ਤੱਕੜਾ ਪਾਉਣਾ, ਫਿਰ ਇਹਦੇ ਚਰਮਖਾਂ ਪਾਉਣੀਆਂ, ਤੇ ਫਿਰ ਪੂਣੀਆਂ ਲੈਣ ਕੇ ਕੱਤਿਆ, ਫਿਰ ਪੂਣੀਆਂ ਕੱਤਣੀਆਂ। ਉਹ ਸਾਰਾ ਕੁਝ ਜਿਹੜਾ ਆਪਾਂ ਕੱਤਾਂਗੇ, ਸਾਰਾ ਕੁਝ ਏ ਟੂ ਜ਼ੈਡ, ਉਹ ਆਪਾਂ ਤੁਹਾਨੂੰ ਅਗਲੇ ਵਲੌਗ 'ਚ ਦਿਖਾਵਾਂਗੇ, ਉਹ ਸਾਰਾ ਕੁਝ ਦਿਖਾਵਾਂਗੇ ਕਿਵੇਂ ਕੱਤਦੇ ਸੀ, ਕਿਵੇਂ ਪਹਿਲਾਂ ਵੀ ਅਰੇਂਜਮੈਂਟ ਕਰਨਾ ਪੈਣਾ ਸਾਰਾ ਆਪਾਂ ਨੂੰ ਲੱਭ, ਸਾਰਾ ਕੁਝ ਤੁਹਾਨੂੰ ਦਿਖਾਵਾਂਗੇ, ਪੂਰਾ ਐਨ ਓਕੇ ਮਾਹੌਲ ਮਿਲੂਗਾ ਜਿਵੇਂ ਪਹਿਲਾਂ ਕੱਤਦੇ ਹੁੰਦੇ ਸੀ। ਉਤਰਾ ਹੀ ਬਣਾਵਾਂਗੇ, ਉਤਰਾ ਹੀ ਕੱਤਾਂਗੇ, ਉਵੇਂ ਵਿਖਾਵਾਂਗੇ। ਬੇਬੇ ਤੇਰਾ ਚਰਖਾ ਕਿੱਧਰ ਗਿਆ? ਮੇਰਾ ਪੁਰਾਣਾ ਸੀ, ਟੁੱਟ ਗਿਆ ਸੀਗਾ ਬੇਬੇ ਦਾ ਚਰਖਾ ਹੀ, ਟੁੱਟ ਗਿਆ। ਚਲੋ ਉਹਦਾ ਨਾ ਟੁੱਟਾ ਕਰਕੇ ਸਾਨੂੰ ਹਲੇ ਹੋਣੇ ਪੈ ਗਏ, ਟੁੱਟਿਆ ਜਾਂ ਸੀ ਲਿਆਂਦਾ ਸੀ ਇਹਨਾਂ ਦੇ ਪੱਪੀ ਕੇ ਕਰੋ, ਕਿੰਨਾ ਕਰੋ ਪੱਪੀ ਕਰੋ, ਪੱਪੀ ਦੀ ਮਾਂ ਤਾਂ ਲਿਆਂਦਾ ਸੀ, ਦਸਾਂ ਦਾ ਲਿਆਈ ਸੀ, ਤੇ ਹੋਰ ਉਹਦੇ ਤੇ ਕੱਟਦੇ ਹੁੰਦੇ ਸੀ ਤਾਂ ਟੁੱਟ ਗਿਆ ਸੀ। ਮੈਂ ਕਿਵੇਂ ਦੱਸ ਕੱਤਾ ਪੂਣੀਆਂ, ਜਿਹਦੇ ਲਈ ਲਿਆਵਾਂਗੇ, ਹਾਂ ਰੀ ਲਿਆਵਾਂਗੇ। ਜਾਣਾ ਕਿਤੇ ਨੇ ਮਿੱਤਰੋ, ਚੈਨਲ ਸਬਸਕ੍ਰਾਈਬ ਕਰ ਦਿਓ, ਕਮੈਂਟ ਕਰ ਦਿਓ, ਸ਼ੇਅਰ ਕਰ ਦਿਓ, ਜੋ ਕੁਝ ਵੀ ਹੁੰਦਾ ਸਾਰਾ ਕੁਝ ਕਰ ਦਿਓ, ਬਾਕੀ ਸਾਰਾ ਕੁਝ ਕੱਤਦੇ ਦਾ ਏ ਟੂ ਜ਼ੈਡ ਪ੍ਰੋਸੀਜਰ ਉਹ ਆਪਾਂ ਤੁਹਾਨੂੰ ਦਿਖਾਵਾਂਗੇ, ਅਗਲੇ ਵਲੌਗ 'ਚ ਦਿਖਾਵਾਂਗੇ ਸਾਰਾ। ਸਵੇਰ ਕੱਤਣਾ ਤਾਂ ਸਵੇਰੇ ਹੀ ਆ, ਹਾਂ ਜਦੋਂ ਯਾਦ ਸੱਜਣਾ ਤੇਰੀ ਆਵੇ, ਕੱਤੀਆਂ ਨਾ ਜਾਣ ਪੂਣੀਆਂ।